रसना ऊपर राम आदि जगादी सगल भगत तागो सुख विश्राम कबीर अल्लाह की कर बंदगी जिहे सिमरत दुख जाए दिल में साई प्रगट बुझे बलंती नाए हम अवगुण भरे एक गुण नहीं अमृत छाड़ बिख बिख खाई माया मोह परम पै भूले सुतदारा उत्तम पंथ सुनियो गुर संगत तेहे मिलंत जम द्रास मिटाई इके अरदास पाठ कीरत की गुर रामदास राखो शरणाई परम सम्मान योग साहिब सतगुरु सहिबतान गुरु ग्रंथ साहिब सच्चे पातशाह जी की पावन पवित्र हजूरी अंदर सुभाईमान गुरु रूप गुरु प्यारे साहब संत जीओ तंता दे रूप जो कि सतगुरां की पावन पवित्र हजूरी अंदर बैठ करके जीवन के कुछ कुला जीवन दियाँ कुछ कु घड़िया सफला कर एक यत्न उपरला करते पे हो आप जी ने बड़े प्यार अदब सत्कार के नबी बाणी आसा की वार्ता कीर्तन सरवण किया है सो आओ जिथे आप जी ने आसा की वार्ता कीर्तन सरवण किया समा होया है जो तौ प्रसाद सवैया की विचार चल रही है अज आपने दूसरे सवैये की विचार करनी है सो आओ विचार की रंगता तो पहला बख्शो असीस पाओ गुरफतेह सांझ प्यार दे नाल आपो दी वाहिगुरु जी का खालसा वाहिगुरु जी की फतेह। पिछले दीवाना दे विच आपने जो पहला सवैया है उहदी विचार कीती सी अज दूसरे सवैये की विचार करनी है सो विचार तो पहला आपने सारिया ने इसके पाठ के नाल जुड़ना है जिस तरह दास एक पंक्ति बोलता है आप जी पिछे उस पंक्ति रिपीट करोगे सतनाम धन वाहगुरु साहिब जीओ माते मतंग जरे सर संग अनूप उतंग सुरंग सवारी कोट तुरंग कुरंग से कूदत पौन के कौन को जात निवारी भारी कुजहान के खूब पलीबित न्यावत शीशना जात बिचारी एते भये तो कहां पय भूपत अंत को नांगे ही पाई पदारे। अकाल पुरख वाहिगुरु ने सब जीवन दिता है ते जिंदगी नूं जीउण वास्ते कुछ कुछ चीजां दी लोड़ है उन्हां चीज़ां तो बिना जिहड़ी जिंदगी है जीवन है वो चल नहीं सकता उनका गुजारा नहीं हो सकता
ਕੁਝ ਤਾਂ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਉਦਾਰਤਾ ਬਖਸ਼ ਦਿੱਤੀਆਂ ਨੇ। ਸਵਾਸਾਂ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ, ਵਾਹਿਗੁਰੂ ਨੇ ਸਾਨੂੰ ਸਵਾਸ ਦੇ ਦਿੱਤੇ ਨੇ। ਕੁਦਰਤੀ ਜਿਹੜੀਆਂ ਚੀਜ਼ਾਂ ਨੇ ਪਰਮੇਸ਼ਰ ਨੇ ਸਾਨੂੰ ਬਖਸ਼ੀਆਂ ਨੇ, ਕੁਝ ਚੀਜ਼ਾਂ ਬੰਦੇ ਨੂੰ ਆਪ ਕਮਾਉਣੀਆਂ ਪੈਂਦੀਆਂ ਨੇ, ਆਪ ਪ੍ਰਾਪਤ ਕਰਨੀਆਂ ਪੈਂਦੀਆਂ ਨੇ। ਉਹਨਾਂ ਨੂੰ ਬੋਲਿਆ ਜਾਂਦਾ ਜ਼ਿੰਦਗੀ ਦੀਆਂ ਲੋੜਾਂ। ਇੱਕ ਸ਼ਬਦ ਹੈ ਲੋੜ ਅਤੇ ਇੱਕ ਸ਼ਬਦ ਹੈ ਤ੍ਰਿਸ਼ਨਾ। ਲੋੜਾਂ ਤਾਂ ਪੂਰੀਆਂ ਹੋ ਜਾਂਦੀਆਂ ਨੇ, ਪਰ ਜਦੋਂ ਸਾਡੀਆਂ ਲੋੜਾਂ ਤ੍ਰਿਸ਼ਨਾ ਦਾ ਰੂਪ ਧਾਰਨ ਕਰ ਲੈਂਦੀਆਂ ਨੇ, ਤ੍ਰਿਸ਼ਨਾ ਬੰਦੇ ਦੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਲੋੜ ਤਾਂ ਇੱਕ ਫਕੀਰ ਦੀ ਵੀ ਪੂਰੀ ਹੋ ਜਾਏਗੀ, ਪਰ ਜਿਹੜੀ ਤ੍ਰਿਸ਼ਨਾ ਹੈ ਉਹ ਰਾਜੇ ਮਹਾਰਾਜਿਆਂ ਦੀ ਵੀ ਪੂਰੀ ਨਹੀਂ ਹੁੰਦੀ, ਅਧੂਰੀ ਰਹਿ ਜਾਂਦੀ ਹੈ। ਇੱਕ ਹੈ ਲੋੜ, ਇੱਕ ਹੈ ਤ੍ਰਿਸ਼ਨਾ। ਜਿਸ ਚੀਜ਼ ਦੀ ਸਾਡੇ ਕੋਲ ਪੂਰਤੀ ਹੋ ਚੁੱਕੀ ਹੈ, ਅਸੀਂ ਹੋਰ ਮੰਗੀ ਜਾਈਏ, ਉਹਨੂੰ ਬੋਲਦੇ ਨੇ ਤ੍ਰਿਸ਼ਨਾ। ਅਤੇ ਮਹਾਰਾਜ ਨੇ ਬਾਣੀ 'ਚ ਕਿਹਾ, ਤ੍ਰਿਸ਼ਨਾ ਵਿਰਲੇ ਇੱਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ ਮਾਨਾ ਹੋਰੇ ਪਰੇ ਪਰੇ ਹੀ ਕੁੱਲੂ ਜੀ ਹੈ। ਸਾਹਿਬ ਕਹਿੰਦੇ ਵੀ ਤ੍ਰਿਸ਼ਨਾ ਪੂਰੀ ਨਹੀਂ ਹੋ ਸਕਦੀ। ਸੋ ਜ਼ਿੰਦਗੀ ਨੂੰ, ਜੀਵਨ ਨੂੰ ਬਤੀਤ ਕਰਨਾ ਹੈ ਲੋੜਾਂ ਦੇ ਸਹਾਰੇ, ਅਤੇ ਲੋੜਾਂ ਪੂਰੀਆਂ ਕੁਝ ਰੱਬ ਨੇ ਕੀਤੀਆਂ ਨੇ, ਕੁਝ ਸਾਨੂੰ ਆਪ ਕਰਨੀਆਂ ਪੈਣੀਆਂ ਨੇ, ਪਰ ਲੋੜਾਂ ਇਛਾਵਾਂ ਨਾ ਬਣਨ, ਲੋੜਾਂ ਤ੍ਰਿਸ਼ਨਾਵਾਂ ਨਾ ਬਣਨ। ਦੋ ਸ਼ਬਦ ਨੇ, ਇੱਕ ਹੈ ਪ੍ਰਵਿਰਤੀ ਕਰਮ, ਇੱਕ ਹੈ ਨਿਵਿਰਤੀ ਕਰਮ। ਸੰਸਾਰ ਦੇ ਅੰਦਰ ਕੁਝ ਕੁ ਇਹਨਾਂ ਦੇ ਸਨ ਜਿਨ੍ਹਾਂ ਨੇ ਦੁਨੀਆ ਤੋਂ ਮੁੱਖ ਮੋੜ ਲਿਆ, ਜਿਨ੍ਹਾਂ ਨੇ ਕਿਹਾ ਵੀ ਅਸੀਂ ਸਾਰਾ ਕੁਝ ਛੱਡ ਦਿੰਦੇ ਹਾਂ, ਉਹ ਨਿਰਵਿਰਤੀ ਕਰਮ ਕਰਨ ਲੱਗ ਪਏ। ਨਿਰਵਿਰਤੀ ਦਾ ਅਰਥ ਹੁੰਦਾ ਹੈ ਵੀ ਮਨ ਦਾ ਕਰਮਾਂ ਤੋਂ ਹਟ ਜਾਣਾ, ਉਦਾਸਹੀਨਤਾ, ਉਪਰਾਮਤਾ, ਉਹਨੂੰ ਬੋਲਦੇ ਨਿਰਵਿਰਤੀ ਕਰਮ। ਘਰ ਬਾਰ ਛੱਡ ਦਿੱਤਾ, ਜੰਗਲਾਂ ਦੇ ਵਿੱਚ ਚਲੇ ਗਏ, ਔਰ ਜਿਹੜੇ ਕਰਮ ਕਰਨੇ ਚਾਹੀਦੇ ਸਨ ਪ੍ਰਵਿਰਤੀ ਕਰਮ। ਪ੍ਰਵਿਰਤੀ ਦਾ ਅਰਥ ਹੈ ਮਨ ਦਾ ਵਿਹਾਰ ਦੇ ਵੱਲ ਲੱਗਣ, ਭਾਵ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ, ਚੰਗੇ ਕਰਮ ਨੇ, ਉਹਨਾਂ ਨੂੰ ਕਰਨਾ, ਉਹਨਾਂ ਦੇ ਵਿੱਚ ਮਨ ਦਾ ਲੱਗ ਜਾਣਾ, ਇਹਨੂੰ ਬੋਲਦੇ ਨੇ ਪ੍ਰਵਿਰਤੀ ਕਰਮ। ਇੱਕ ਹੈ ਨਿਰਵਿਰਤੀ ਕਰਮ। ਕੁਝ ਕੁ ਲੋਕ ਇੱਦਾਂ ਦੇ ਹੋਏ ਜਿਨ੍ਹਾਂ ਨੇ ਨਿਰਵਿਰਤੀ ਕਰਮ ਕੀਤੇ, ਭਾਵ ਜ਼ਿੰਮੇਵਾਰੀਆਂ ਤੋਂ ਮੁੱਖ ਮੋੜਿਆ, ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਅਤੇ ਇੱਕ ਨੇ ਪ੍ਰਵਿਰਤੀ ਕਰਮ ਕਰਨ ਵਾਲੇ, ਲਾਵਾਂ ਦੇ ਵਿੱਚ ਪਹਿਲੀ ਲਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ, ਹਰ ਪਹਿਲੜੀ ਲਾਂ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪ੍ਰਵਿਰਤੀ ਕਰਮਾਂ ਦੀ ਗੱਲ ਕੀਤੀ ਹੈ, ਜਿਹੜੇ ਕਰਮ ਤੂੰ ਕਰਨੇ ਨੇ ਉਹ ਕਰ, ਜਿਹੜੇ ਕਰਮਾਂ ਦੇ ਕਰਕੇ ਤੇਰੀਆਂ ਲੋੜਾਂ ਪੂਰੀਆਂ ਹੋਣ ਉਹ ਕਰਮ ਤੂੰ ਕਰਨੇ ਨੇ। ਸੋ ਕਹਿ ਤੂੰ ਭਾਵ ਲੋੜਾਂ ਜਦੋਂ ਇਛਾਵਾਂ ਤ੍ਰਿਸ਼ਨਾਵਾਂ ਬਣਦੀਆਂ ਨੇ, ਉਦੋਂ ਮਨੁੱਖ ਦੇ ਜੀਵਨ ਦੇ ਵਿੱਚ ਭਟਕਣਾ ਪੈਦਾ ਹੋ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸਲੋਕ ਹੈ, ਆਪ ਜੀ ਨੇ ਬਹੁਤ ਵਾਰੀ ਪੜ੍ਹਿਆ, ਸੁਣਿਆ, ਵਿਚਾਰਿਆ। ਉਦਾਹਰਣ ਦੇ ਤੌਰ 'ਤੇ ਜਦੋਂ ਕਿਸੇ ਦੇ ਬੰਦੇ ਦੇ ਅੰਦਰ ਨਸ਼ਾ ਚਲਾ ਜਾਏ, ਅਤੇ ਉਹ ਜਿਹੜਾ ਨਸ਼ਾ ਹੈ ਉਹ ਕੀ ਕਰਦਾ, ਜਦੋਂ ਮਨੁੱਖੀ ਮਨ ਉੱਤੇ, ਦਿਮਾਗ 'ਤੇ ਅਸਰ ਪਾਉਂਦਾ ਹੈ, ਉਹਨੂੰ ਫਿਰ ਬੋਲਣਾ ਭੁੱਲ ਜਾਂਦਾ ਹੈ ਵੀ ਮੈਂ ਕਿਵੇਂ ਕਿਸ ਨਾਲ ਬੋਲਣਾ ਹੈ, ਵੱਡੇ ਛੋਟੇ ਨੂੰ ਕਿਵੇਂ ਬੋਲਣਾ ਹੈ, ਲੜਾਈ 'ਤੇ ਉੱਤਰ ਆਉਂਦਾ ਹੈ, ਬੈਠਣਾ ਭੁੱਲ ਜਾਂਦਾ, ਤੁਰਨਾ ਭੁੱਲ ਜਾਂਦਾ, ਲੜਖੜਾ ਕੇ ਤੁਰਦਾ ਹੈ। ਜਦੋਂ ਕਿਸੇ ਦੇ ਅੰਦਰ ਨਸ਼ਾ ਚਲਾ ਗਿਆ, ਜਿਹੜਾ ਬੰਦਾ ਨਸ਼ੇ ਵਿੱਚ ਮਸਤ ਹੋ ਗਿਆ, ਉਹਨੂੰ ਉੱਠਣਾ, ਬੈਠਣਾ, ਬੋਲਣਾ ਭੁੱਲ ਗਿਆ। ਅਤੇ ਗੁਰਦੇਵ ਬਹਾਦਰ ਸਾਹਿਬ ਕਹਿੰਦੇ ਜਿਹੜੇ ਬੰਦੇ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਜਾਂਦੇ ਨੇ, ਉਹਨਾਂ ਨੂੰ ਰੱਬ ਭੁੱਲ ਜਾਂਦਾ ਹੈ, ਉਹਨਾਂ ਨੂੰ ਚੰਗੇ ਕਰਮ ਕਰਨੇ ਭੁੱਲ ਜਾਂਦੇ ਨੇ। ਪ੍ਰਾਣੀ ਰਾਮ ਨਾ ਚੇਤਈ ਮਦ ਮਾਇਆ ਕੈ ਬੰਦ। ਮਦ ਦਾ ਇੱਥੇ ਨਸ਼ਾ, ਜਿਸ ਤਰ੍ਹਾਂ ਦੁਨਿਆਵੀ ਨਸ਼ੇ ਦੇ ਵਿੱਚ ਬੰਦਾ ਉੱਠਣਾ ਬਹਿਣਾ ਭੁੱਲ ਜਾਂਦਾ ਹੈ, ਲੜਾਈਆਂ ਕਰਦਾ ਹੈ, ਉਹ ਆਪਣੇ ਅਸੂਲਾਂ ਨੂੰ ਭੁਲਾ ਦਿੰਦਾ ਹੈ। ਅਤੇ ਗੁਰਦੇਵ ਬਹਾਦਰ ਸਾਹਿਬ ਕਹਿੰਦੇ ਵੀ ਜਿਹੜੇ ਇਨਸਾਨ ਮਾਇਆ ਦੇ ਨਸ਼ੇ ਵਿੱਚ ਫਸ ਗਏ ਨੇ, ਉਹਨਾਂ ਨੂੰ ਰੱਬ ਭੁੱਲ ਗਿਆ, ਉਹਨਾਂ ਨੂੰ ਚੰਗੇ ਕਰਮ ਭੁੱਲ ਗਏ। ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਨ ਫੰਦ। ਸੋ ਜਦੋਂ ਇਨਸਾਨ ਦਾ ਜਿਹੜਾ ਜੀਵਨ ਵਿਕਾਰਾਂ ਦੇ ਵਿੱਚ, ਵਿਕਾਰ ਜਿਹੜੇ ਮਨੁੱਖ ਦੇ ਮਨ ਨੂੰ ਤੰਦੇ ਨੇ, ਇਹ ਸਵਈਏ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੱਲ ਕੀਤੀ ਹੈ, ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਕੋਲ ਬੜਾ ਕੁਝ ਹੈ, ਹਾਥੀ ਘੋੜੇ ਨੇ, ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਦੁਨੀਆਂ ਤੋਂ ਉਹ ਨੰਗੇ ਪੈਰੀ ਜਾਣਗੇ। ਭਾਵ ਜੋੜ ਲਿਆ, ਇਹਨਾਂ ਕੁਝ ਅੰਦਰ ਲਾਲਚ ਸੀ, ਜਿਹੜੀ ਲੋੜ ਸੀ ਉਹ ਲਾਲਚ ਬਣ ਗਈ, ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਨੰਗੇ ਪੈਰੀ ਗਏ, ਉਹਨਾਂ ਨੂੰ ਅੰਦਰ ਦਾ ਟਿਕਾ ਨਹੀਂ ਮਿਲਿਆ।
ਆਪਾਂ ਵੇਖਦੇ ਹਾਂ, ਆਪਾਂ ਕਹਿੰਦੇ ਹਾਂ ਵੀ ਸਾਡਾ ਮਨ ਸ਼ਾਂਤ ਰਹੇ, ਸਾਡਾ ਮਨ ਸਹਿਜ ਵਿੱਚ ਰਹੇ। ਉਦਾਹਰਣ ਦੇ ਤੌਰ 'ਤੇ ਕਿਸੇ ਨੇ ਬਰਤਨ ਦੇ ਵਿੱਚ ਪਾਣੀ ਪਾ ਕੇ ਚੁੱਲ੍ਹੇ ਥੱਲੇ ਰੱਖ ਦਿੱਤਾ, ਥੱਲੇ ਅੱਗ ਬਲਦੀ ਪਈ ਹੈ। ਉਹ ਬੰਦਾ ਆਖੇ ਵੀ ਪਾਣੀ ਠੰਡਾ ਰਹੇ ਪਰ ਥੱਲੇ ਅੱਗ ਬਾਲੀ ਜਾ ਰਿਹਾ ਹੈ। ਪਾਣੀ ਕਿਵੇਂ ਠੰਡਾ ਰਹਿ ਸਕਦਾ ਜੇ ਥੱਲੇ ਅੱਗ ਬਲਦੀ ਪਈ ਹੈ? ਅਸੀਂ ਕਹਿੰਦੇ ਹਾਂ ਵੀ ਸਾਡਾ ਮਨ ਠੰਡਾ ਰਹੇ ਪਰ ਸਾਡੇ ਅੰਦਰ ਵਿਕਾਰਾਂ ਦੀ ਅੱਗ ਬਲਦੀ ਪਈ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਬਲਦੀ ਪਈ ਹੈ। ਜਦੋਂ ਅੰਦਰ ਅੱਗ ਬਲੇ ਤੇ ਮਨ ਠੰਡਾ ਕਿਵੇਂ ਰਹਿ ਸਕਦਾ ਹੈ? ਮਨ ਤਪੇਗਾ। ਜੇ ਲਾਲਚ ਦੀ ਅੱਗ ਬਲਦੀ ਪਈ, ਕ੍ਰਿਸ਼ਨਾ ਦੀ ਅੱਗ ਬਲਦੀ ਪਈ ਹੈ, ਮਨ ਠੰਡਾ ਨਹੀਂ ਰਹਿ ਸਕਦਾ। ਨੰਬਰ 2 'ਤੇ ਆਪਾਂ ਵੇਖਦੇ ਹਾਂ ਕਈ ਵਾਰੀ ਜਿਹੜੀ ਸਹੀ ਖੁਰਾਕ ਹੈ ਉਹ ਵੀ ਸਾਡੇ ਸਰੀਰ ਦੇ ਉੱਤੇ ਕਈ ਦਫ਼ਾ ਮਾੜਾ ਅਸਰ ਪਾ ਜਾਂਦੀ ਹੈ। ਚੰਗੀ ਖੁਰਾਕ ਖਾਧਾ ਆਪਾਂ ਠੀਕ, ਪਰ ਕਈ ਵਾਰੀ ਉਹਨੇ ਗਲਤ ਅਸਰ ਕਰ ਦਿੱਤਾ ਸਰੀਰ ਦੇ ਉੱਤੇ। ਪਰ ਜਿਸ ਬੰਦੇ ਨੇ ਖਾਧੀ ਹੀ ਗਲਤ ਖੁਰਾਕ, ਖਾਧਾ ਹੀ ਜ਼ਹਿਰ ਹੈ, ਉਹ ਬੰਦੇ ਦਾ ਕਿੱਦਾਂ ਬਚਾਅ ਹੋ ਸਕਦਾ ਹੈ? ਜਿਹਨੇ ਜ਼ਹਿਰ ਖਾ ਲਿਆ, ਜਿਹਨੇ ਖਾਧਾ ਹੀ ਮਾੜਾ, ਉਹਦੇ ਸਰੀਰ ਦਾ ਬਚਾਅ ਕਿਵੇਂ ਹੋ ਸਕਦਾ? ਉਹਦੇ ਸਰੀਰ ਦਾ ਬਚਾਅ ਨਹੀਂ ਹੋਏਗਾ। ਇਸੇ ਹੀ ਤਰ੍ਹਾਂ ਮਨ ਜੇ ਮਾੜੀ ਖੁਰਾਕ ਖਾ ਰਿਹਾ ਹੈ, ਮਨ ਦੀ ਖੁਰਾਕ ਨੇ ਇਹ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਮਨ ਦੀ ਖੁਰਾਕ ਇਹ ਖੁਰਾਕ ਹੀ ਮਾੜੀ। ਅਤੇ ਆਪਾਂ ਕਹੀਏ ਵੀ ਮਨ ਠੰਡਾ ਰਹੇ, ਮਨ ਸ਼ਾਂਤ ਰਹੇ, ਮਨ ਖੁਸ਼ ਰਹੇ, ਜਦ ਮੈਂ ਆਪਣੇ ਸਰੀਰ ਨੂੰ ਮਾੜੀ ਖੁਰਾਕ ਦੇ ਰਿਹਾ, ਜ਼ਹਿਰ ਦੇ ਰਿਹਾ, ਮੇਰਾ ਸਰੀਰ ਕਿਵੇਂ ਤੰਦਰੁਸਤ ਰਹਿ ਸਕਦਾ, ਕਿਵੇਂ ਬਚ ਸਕਦਾ ਹੈ? ਮਨ ਨੂੰ ਆਪਾਂ ਫੀਡ ਕਰ ਰਹੇ ਹਾਂ, ਮਨ ਨੂੰ ਮਾੜੀ ਖੁਰਾਕ ਦਿੱਤੀ ਜਾ ਰਹੀ ਹੈ, ਮਨ ਕਿਵੇਂ ਖੁਸ਼ ਰਹੇਗਾ? ਮਨ ਖੁਸ਼ ਨਹੀਂ ਰਹਿ ਸਕਦਾ ਅਤੇ ਮਨ ਦਾ ਵਿਕਾਸ ਨਹੀਂ ਹੋ ਸਕਦਾ। ਦੋ ਸ਼ਬਦ ਨੇ, ਇੱਕ ਹੈ ਵਿਕਾਸ, ਇੱਕ ਹੈ ਵਿਗਾਸ। ਵਿਕਾਸ ਦਾ ਮੀਨਿੰਗ ਹੈ ਇੰਪਰੂਵਮੈਂਟ, ਮਨ ਦਾ ਵਿਕਾਸ। ਅਤੇ ਜਦੋਂ ਵਿਕਾਸ ਹੋ ਗਿਆ ਉਹਨੇ ਵਿਗਾਸ ਤੱਕ ਪਹੁੰਚ ਜਾਣਾ ਹੈ। ਵਿਗਾਸ ਦਾ ਮੀਨਿੰਗ ਖੁਸ਼ੀ, ਨਾਨਕ ਭਗਤਾਂ ਸਦਾ ਵਿਗਾਸ, ਰੱਬ ਦੇ ਪਿਆਰੇ ਖੁਸ਼ੀ ਦੇ ਵਿੱਚ ਨੇ, ਚੜ੍ਹਦੀ ਕਲਾ ਦੇ ਵਿੱਚ ਨੇ। ਸਾਹਿਬ ਨੇ ਕਿਰਪਾ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਭਾਵੇਂ ਰਾਜਿਆਂ ਦੇ ਕੋਲ ਬੜਾ ਕੁਝ ਹੈ ਪਰ ਸਾਹਿਬ ਕਹਿੰਦੇ ਨੰਗੇ ਪੈਰੀ ਜਾਣਗੇ ਜੇ ਉਹਨਾਂ ਨੇ ਰੱਬ ਜੀ ਦੇ ਨਾਮ ਨੂੰ ਨਹੀਂ ਜਪਿਆ। ਇਹਨਾਂ ਕੁਲ ਜੋੜ ਕੇ ਵੀ, ਇਹਨਾਂ ਕੁਲ ਕਮਾ ਕੇ ਵੀ ਨੰਗੇ ਪੈਰੀ ਜਾਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਘਟਨਾ ਹੈ। ਇਹ ਘਟਨਾ ਨੂੰ ਸਮਝੀਏ ਤੇ ਇਹ ਘਟਨਾ ਕਾਫੀ ਕੁਝ ਸਾਡੇ ਸਾਹਮਣੇ ਦਰਸਾਉਂਦੀ ਹੈ ਵੀ ਜੀਵਨ ਦੇ ਵਿੱਚ ਜੇ ਤੇਰੇ ਕੋਲ ਕੁਝ ਹੈ ਉਹਨੂੰ ਸਹੀ ਮਾਇਨਿਆਂ ਦੇ ਵਿੱਚ ਯੂਜ਼ ਕਰ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਨੂੰ ਇੱਕ ਫਕੀਰ ਮਿਲਦਾ ਜਿਹਦਾ ਨਾਂ ਇਤਿਹਾਸ ਵਿੱਚ ਲਿਖਿਆ ਸ਼ਾਹ ਦੌਲਾ ਕਰਕੇ, ਉਹ ਸ਼ਾਹ ਦੌਲਾ ਬੜਾ ਪਰਉਪਕਾਰੀ ਫਕੀਰ ਸੀ ਅਤੇ ਉਹਦਾ ਅੱਗੋਂ ਇੱਕ ਚੇਲਾ ਹੈ ਜਿਹਦਾ ਨਾਮ ਆਇਆ ਜਹਾਂਗੀਰ। ਇੱਕ ਤਾਂ ਜਹਾਂਗੀਰ ਬਾਦਸ਼ਾਹ ਹੋਇਆ ਅਕਬਰ ਦਾ ਪੁੱਤਰ, ਪਰ ਇਹ ਉਹ ਨਹੀਂ, ਇਹ ਇੱਕ ਫਕੀਰ ਦਾ ਚੇਲਾ ਜਿਹਦਾ ਨਾਂ ਜਹਾਂਗੀਰ ਹੈ। ਜਦੋਂ ਇਹਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਿਆ ਵੀ ਸਤਿਗੁਰਾਂ ਦੇ ਕੋਲ ਫੌਜ ਹੈ, ਸਤਿਗੁਰਾਂ ਨੇ ਕਲਗੀ ਸਜਾਈ, ਦੋ ਤਲਵਾਰਾਂ ਧਾਰਨ ਕੀਤੀਆਂ, ਜਿਹੜੀ ਪੁਸ਼ਾਕ ਹੈ, ਜਿਹੜੀ ਵਰਦੀ ਹੈ ਬੜੀ ਸੋਹਣੀ ਪਾਈ ਹੈ, ਰਾਜੇ ਮਹਾਰਾਜਿਆਂ ਵਾਲੇ ਕੱਪੜੇ ਪਾਏ ਨੇ, ਸਤਿਗੁਰਾਂ ਦਾ ਪਰਿਵਾਰ ਹੈ, ਸਤਿਗੁਰਾਂ ਦੇ ਬੱਚੇ ਨੇ, ਸ਼ਾਨੋ ਸ਼ੌਕਤ ਹੈ, ਨੌਕਰ ਚਾਕਰ ਹੈ, ਇੱਕਦਮ ਹੈਰਾਨ ਅਤੇ ਪਰੇਸ਼ਾਨ ਹੋ ਗਿਆ। ਕਹਿਣ ਲੱਗਾ ਇਹ ਫਕੀਰਾਂ ਦਾ ਘਰ, ਇਹ ਲੋਕ ਫਕੀਰ ਨੇ ਪਰ ਇਹਨਾਂ ਨੇ ਫੌਜ ਵੀ ਰੱਖੀ, ਹਥਿਆਰ ਵੀ ਰੱਖੇ ਨੇ, ਘੋੜੇ ਵੀ ਰੱਖੇ ਨੇ, ਇਹਨਾਂ ਦੇ ਕੋਲ ਹਾਥੀ ਵੀ ਨੇ, ਇਹਨਾਂ ਨੇ ਵਿਆਹ ਵੀ ਕਰਵਾਇਆ, ਇਹਨਾਂ ਦੇ ਪੁੱਤਰ ਵੀ ਨੇ, ਇਹਨਾਂ ਦੇ ਬੱਚੇ ਵੀ ਨੇ, ਧਨ ਦੌਲਤ ਸਭ ਕੁਝ ਹੈ, ਕਾਹਦੇ ਫਕੀਰ ਹੋਏ? ਉਹਨੇ ਫਿਰ ਸਵਾਲ ਕੀਤਾ, ਉਹ ਕਹਿਣ ਲੱਗਾ ਹਿੰਦੂ ਕੀ ਅਤੇ ਮੇਰੀ ਕੀ? ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਕਵਿਤਾ ਰੂਪ ਦੇ ਵਿੱਚ ਪੁੱਛਿਆ, ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ ਅਤੇ ਫਕੀਰੀ ਕੀ, ਪੁੱਤਰ ਕੀ, ਵੈਰਾਗ ਕੀ, ਦੌਲਤ ਕੀ ਅਤੇ ਤਿਆਗ ਕੀ? ਚਾਰ ਪ੍ਰਸ਼ਨ ਪੁੱਛੇ ਨੇ ਗੁਰੂ ਹਰਗੋਬਿੰਦ ਸਾਹਿਬ। ਕਹਿੰਦੇ ਤਾਂ ਮਹਾਰਾਜ ਤੁਹਾਡੀ ਪੀਰੀ ਕਿਹਦੇ ਨਾਲ ਸੰਬੰਧਿਤ ਹੈ, ਹਿੰਦੂਇਜ਼ਮ ਦੇ ਨਾਲ ਜਾਂ ਇਸਲਾਮ ਦੇ ਨਾਲ? ਪੀਰੀ ਦਾ ਸੰਬੰਧ ਦੱਸੋ, ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ ਅਤੇ ਫਕੀਰੀ ਕੀ? ਫਕੀਰ ਬੰਦਾ ਵਿਆਹ ਨਹੀਂ ਕਰਵਾਉਂਦਾ, ਤੁਸੀਂ ਵਿਆਹ ਕਰਵਾਇਆ ਹੈ, ਤੁਹਾਡੀ ਕਾਹਦੀ ਫਕੀਰੀ ਹੋਈ? ਤੁਹਾਡੇ ਕੋਲ ਤੇ ਤੁਹਾਡੀ ਘਰਵਾਲੀ ਹੈ।
ਪੁੱਤਰ ਕੀ ਤੇ ਵੈਰਾਗ ਕੀ। ਜਿਹੜਾ ਵੈਰਾਗੀ ਬੰਦਾ ਹੁੰਦਾ ਹੈ ਦੁਨਿਆਵੀ ਪਦਾਰਥਾਂ ਦੇ ਵੱਲੋਂ ਡਿਟੈਚ ਹੋ ਜਾਂਦਾ, ਤੁਹਾਡੇ ਪੁੱਤਰ ਨੇ ਕਾਹਦਾ ਤੁਹਾਡੇ ਜੀਵਨ ਦੇ ਵਿੱਚ ਵੈਰਾਗ। ਅਤੇ ਚੌਥਾ ਸਵਾਲ ਕੀਤਾ, ਦੌਲਤ ਕੀ ਅਤੇ ਤਿਆਗ ਕੀ। ਵੀ ਤੁਹਾਡੇ ਕੋਲ ਤਾਂ ਦੌਲਤ ਹੈ, ਪੈਸਾ ਹੈ, ਤੁਸੀਂ ਕਾਹਦੇ ਤਿਆਗੀ ਹੋ। ਹੁਣ ਚਾਰ ਪ੍ਰਸ਼ਨ ਪੁੱਛੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਅਤੇ ਸਤਿਗੁਰਾਂ ਨੇ ਹੁਣ ਜਵਾਬ ਦੇਣਾ ਹੈ। ਮਹਾਰਾਜ ਕਹਿੰਦੇ ਨੇ, ਸਤਿਗੁਰਾਂ ਨੇ ਕਿਰਪਾ ਕੀਤੀ, ਕਹਿਣਗੇ ਔਰਤ ਈਮਾਨ। ਸਾਹਿਬ ਕਹਿੰਦੇ ਜਿਹੜੀ ਔਰਤ ਹੈ, ਜੀਵਨ ਸਾਥੀ ਹੈ, ਇਹ ਬੰਦੇ ਦਾ ਈਮਾਨ ਹੈ। ਅਤੇ ਜਦੋਂ ਜੀਵਨ ਸਾਥੀ ਹੈ, ਬੰਦਾ ਇੱਕ ਸੰਯਮ ਦੇ ਵਿੱਚ ਰਹਿੰਦਾ, ਇਮਾਨਦਾਰੀ ਦੇ ਵਿੱਚ ਰਹਿੰਦਾ ਹੈ। ਇਹ ਇੱਕ ਕਹਿ ਸਕਦੇ ਹੱਦ ਬੰਦੀ ਹੈ, ਇਹ ਈਮਾਨ ਹੈ। ਔਰਤ ਈਮਾਨ, ਪੁੱਤਰ ਨਿਸ਼ਾਨ, ਜਿਹੜੇ ਬੱਚੇ ਨੇ ਉਹ ਨਿਸ਼ਾਨੀ ਨੇ। ਅਤੇ ਸਾਹਿਬ ਕਹਿੰਦੇ ਦੌਲਤ ਗੁਜ਼ਰਾਨ, ਇਹ ਜਿਹੜਾ ਪੈਸਾ ਟਕਾ ਤੂੰ ਸਾਡੇ ਕੋਲ ਵੇਖਦਾ ਪਿਆ ਹੈ, ਇਹ ਗੁਜ਼ਾਰਾ ਕਰਨ ਵਾਸਤੇ ਹੈ, ਇਹ ਗੁਜ਼ਰਾਨ ਹੈ। ਪੀਰ ਹਿੰਦੂ ਨਾ ਮੁਸਲਮਾਨ, ਸਾਹਿਬ ਕਹਿੰਦੇ ਵੀ ਜਿਹੜੇ ਰੱਬ ਦੇ ਪਿਆਰੇ ਉਹ ਕਿਸੇ ਧਰਮ ਦੇ ਹੱਦਬੰਨੇ ਦੇ ਵਿੱਚ ਨਹੀਂ ਰਹਿੰਦੇ। ਪੀਰ ਹਿੰਦੂ ਨਾ ਮੁਸਲਮਾਨ, ਸਾਹਿਬ ਕਹਿੰਦੇ ਸਾਡੀ ਜਿਹੜੀ ਪੀਰੀ ਰੂਹਾਨੀਅਤ ਨਾ ਹਿੰਦੂਇਜ਼ਮ ਤੋਂ ਆਉਂਦੀ ਹੈ, ਨਾ ਇਸਲਾਮ ਤੋਂ ਆਉਂਦੀ, ਇਹ ਸਾਡਾ ਸਿੱਧਾ ਕੁਨੈਕਸ਼ਨ ਰੱਬ ਦੇ ਨਾਲ ਹੈ। ਹੁਣ ਇੱਥੇ ਸਾਹਿਬ ਨੇ ਕਿਹਾ ਸੀ ਕਿ ਦੌਲਤ ਗੁਜ਼ਰਾਨ ਹੈ, ਜੋ ਕੁਝ ਸਾਡੇ ਕੋਲ ਹੈ ਉਹ ਗੁਜ਼ਰਾਨ ਹੈ। ਅਤੇ ਦਸ਼ਮੇਸ਼ ਪਿਤਾ ਨੇ ਸਵਈਏ ਦੇ ਵਿੱਚ ਕਿਹਾ, ਕਹਿਣਗੇ ਕਿਸੇ ਦੇ ਕੋਲ ਬਹੁਤ ਹਾਥੀ ਹੋਣ, ਹਿਰਨ ਹੋਣ, ਘੋੜੇ ਇੰਨੀ ਤੇਜ਼ ਦੌੜਨ ਵਾਲੇ ਹੋਣ ਵੀ ਹਵਾ ਵੀ ਪਿੱਛੇ ਛੱਡ ਦੇਣ, ਇੱਦਾਂ ਦੇ ਰਾਜੇ ਦੁਨੀਆਂ ਤੋਂ ਨੰਗੇ ਪੈਰੀ ਜਾਂਦੇ ਨੇ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਸਿਖਾਇਆ, ਜੇ ਤੇਰੇ ਕੋਲ ਹੈ ਉਹਨੂੰ ਗੁਜ਼ਰਾਨ ਸਮਝ, ਜੇ ਗੁਜ਼ਰਾਨ ਸਮਝੇਗਾ ਤਾਂ ਸਾਹਿਬ ਕਹਿੰਦੇ ਨੇ ਉਹ ਪਰਵਾਨ ਹੈ। ਤਿਨਕਾ ਖਾਧਾ ਪੈਦਾ ਮਾਇਆ, ਸਭ ਪਵਿੱਤਰ ਹੈ ਜੋ ਨਾਮ ਹਰਗਾਤੀ। ਬੰਦੇ ਦੀ ਜਦੋਂ ਲੋੜ ਤ੍ਰਿਸ਼ਨਾ ਬਣਦੀ ਹੈ, ਉਦੋਂ ਲਾਲਚ ਕਰਦਾ ਹੈ। ਅਤੇ ਭਾਈ ਗੁਰਦਾਸ ਜੀ ਨੇ ਇੱਕ ਕਵਿਤਾ ਲਿਖਿਆ ਹੈ, ਉਹ ਕਹਿਣਗੇ ਜੈਸੇ ਵਿਖ ਤਨਕ ਹੀ ਖਾਤ ਮਰਜਾਤ ਤਾਤ ਗਾਂਤ ਮਰਜਾਤ ਪ੍ਰਤਪਾਲੀ ਵਰਖਨ ਕੀ। ਭਾਈ ਗੁਰਦਾਸ ਕਹਿੰਦੇ ਨੇ ਵੀ ਜਿਸ ਤਰ੍ਹਾਂ ਸਰੀਰ ਨੂੰ ਪਾਲਿਆ ਹੋਏ ਅਤੇ ਕਿਸੇ ਦੇ ਸਰੀਰ ਦੇ ਵਿੱਚ ਜ਼ਹਿਰ ਚਲਾ ਜਾਏ, ਉਹ ਜ਼ਹਿਰ ਖਾਂਦਿਆਂ ਸਾਰੀ ਉਹ 20 ਸਾਲਾਂ ਦੀ ਦੇਹੀ 30 ਸਾਲਾਂ ਦੀ ਦੇਹੀ ਅੰਤ ਹੋ ਜਾਏਗਾ। ਮੈਂ ਕੀ ਦੁਖਾਏ ਤੋਂ ਰਾਖੀਏ ਭਾਂਜਨ ਪਰਤ ਗਾਂਧੀ ਕੀ ਬੂੰਦ ਬਾਦ ਨਾ ਰੱਖਣ ਕੀ। ਭਾਈ ਗੁਰਦਾਸ ਕਹਿੰਦੇ ਵੀ ਮੱਝ ਨੂੰ ਚੋਇਆ, ਬਾਲਟੀ ਦੇ ਵਿੱਚ ਦੁੱਧ ਰੱਖਿਆ, ਪਰ ਜੇ 2 ਗਾਂਜੀ ਦੀਆਂ ਬੂੰਦਾਂ ਪੈ ਗਈਆਂ ਤੇ ਉਹਨੇ ਦੁੱਧ ਨੂੰ ਖਰਾਬ ਕਰ ਦੇਣਾ, ਦੁੱਧ ਫੁੱਟ ਜਾਏਗਾ। ਅਗਲੀ ਉਦਾਹਰਨ ਦਿੱਤੀ, ਕਹਿਣਗੇ ਜੈਸੇ ਕੋਟ ਭਾਰ ਤੂਲ ਰੰਚਕ ਚਿਨਗ ਪਰੇ ਹੋਤ ਪਸਮਾਤ ਜਾਤ ਹੋਤ ਪਸਮਾਤ ਸ਼ਿਨਵੇਂ ਅਕਰਖਨ ਕੀ। ਭਾਈ ਗੁਰਦਾਸ ਕਹਿੰਦੇ ਵੀ ਰੂਹਾਂ ਦੀ ਪੰਡ ਹੈ, ਰੂਹ ਦਾ ਢੇਰ ਹੈ, ਅਤੇ ਜੇ ਇੱਕ ਚੰਗਿਆੜੀ ਵੀ ਪੈ ਗਈ ਉਹਨੇ ਸਾਰੇ ਰੂਹ ਨੂੰ ਸਾੜ ਕੇ ਸਵਾਹ ਕਰ ਦੇਣਾ। 3 ਉਦਾਹਰਨਾਂ ਦੇ ਕਰਕੇ ਤੱਤ ਸਾਰ ਕੱਢਿਆ। ਕਹਿੰਦੇ ਜਿਸ ਤਰ੍ਹਾਂ ਰੂਹ ਦੀਆਂ ਪੰਡਾਂ ਹੋਣ, ਇੱਕ ਨਿੱਕੀ ਜਿਹੀ ਚੰਗਿਆੜੀ ਦੇ ਨਾਲ ਉਹ ਰਾਖ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਦੁੱਧ ਦੀ ਬਾਲਟੀ ਹੈ ਪਰ ਕਾਂਜੀ ਦੀਆਂ ਬੂੰਦਾਂ ਪਈਆਂ, ਅਤੇ ਕਾਂਜੀ ਦੀਆਂ ਬੂੰਦਾਂ ਨੇ ਕੀ ਕੀਤਾ ਵੀ ਉਸ ਦੁੱਧ ਨੂੰ ਫਟਾ ਦਿੱਤਾ, ਖਤਮ ਕਰ ਦਿੱਤਾ, ਸਪੋਇਲ ਕਰ ਦਿੱਤਾ। ਜਿਸ ਤਰ੍ਹਾਂ ਭਾਈ ਗੁਰਦਾਸ ਕਹਿੰਦੇ ਵੀ ਸਰੀਰ ਕਿਸੇ ਨੇ ਪਾਲਿਆ, 30 ਸਾਲ ਦਾ ਸਰੀਰ ਹੈ, ਅਤੇ ਜੇ ਜ਼ਹਿਰ ਚਲਾ ਗਿਆ ਉਹ ਸਰੀਰ ਖਤਮ ਹੋ ਜਾਏਗਾ। ਇਸੇ ਹੀ ਤਰ੍ਹਾਂ ਭਾਈ ਗੁਰਦਾਸ ਕਹਿੰਦੇ ਕਿ ਵੀ ਕਿਸੇ ਬੰਦੇ ਨੇ ਪਰਾਏ ਹੱਕ ਨੂੰ ਮਾਰ ਲਿਆ, ਬੇਈਮਾਨੀ ਕਰ ਲਈ, ਕਹਿਣਗੇ ਜਿਹੜੇ ਉਹਦੇ ਜੀਵਨ ਦੇ ਵਿੱਚ ਗੁਣ ਹੋਣਗੇ, ਚੰਗੇ ਗੁਣ, ਉਹ ਖਤਮ ਹੋ ਜਾਣਗੇ, ਉਹਦਾ ਸਹਿਜ, ਉਹਦੀ ਖੁਸ਼ੀ ਖਤਮ ਹੋ ਜਾਏਗੀ। ਜਦੋਂ ਇਨਸਾਨ ਪਰਾਏ ਤਨ ਨੂੰ ਪਰਾਏ ਧਨ ਨੂੰ ਭੋਗ ਲੈਂਦਾ ਹੈ, ਜਦੋਂ ਲਾਲਚ ਵਸ ਹੋ ਕਰਕੇ ਬੇਈਮਾਨੀ ਕਰਦਾ, ਠੱਗੀ ਕਰਦਾ ਹੈ, ਮਾੜੇ ਗੁਣ ਉਹਦੇ ਚੰਗੇ ਗੁਣਾਂ ਨੂੰ ਖਤਮ ਕਰ ਦਿੰਦੇ ਨੇ। ਸੋ ਇੱਥੇ ਇਹਦਾ ਮੈਸੇਜ ਹੈ ਵੀ ਜ਼ਿੰਦਗੀ ਦੀਆਂ ਲੋੜਾਂ ਨੂੰ ਤ੍ਰਿਸ਼ਨਾਵਾਂ ਨਾ ਬਣਾਈਏ। ਜਦੋਂ ਤ੍ਰਿਸ਼ਨਾਵਾਂ ਬਣਗੀਆਂ ਸਾਡੇ ਜੀਵਨ ਦੇ ਵਿੱਚ ਟਿਕਾ ਨਹੀਂ ਆਏਗਾ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮਾਤੇ ਮਤੰਗ, ਮਤੰਗ ਦਾ ਮੀਨਿੰਗ ਹਾਥੀ। ਸਤਿਗੁਰੂ ਕਹਿੰਦੇ ਵੀ ਕਿਸੇ ਰਾਜੇ ਦੇ ਕੋਲ ਹਾਥੀ ਹੋਣ, ਇਕੱਲੇ ਹਾਥੀ ਨਾ ਹੋਣ, ਜਰੇ ਜ਼ਰ ਸੰਗ, ਜ਼ਰ ਕਹਿੰਦੇ ਨੇ ਸੋਨੇ ਨੂੰ, ਸੋਨੇ ਦੇ ਗਹਿਣਿਆਂ ਦੇ ਨਾਲ ਜੜੇ ਹੋਣ, ਲੱਦੇ ਹੋਣ, ਅਨੂਪ ਉਤੰਗ। ਅਨੂਪ ਕਹਿੰਦੇ ਨੇ ਵੀ ਜਿਨ੍ਹਾਂ ਦੀ ਉਪਮਾ ਨਹੀਂ ਹੋ ਸਕਦੀ, ਕੰਪੇਅਰ ਨਹੀਂ ਹੋ ਸਕਦਾ, ਇੰਨੇ ਸੋਹਣੇ ਹੋਣ
ਉਹ ਤਾਂਗਦਾਰ ਉੱਥੇ ਪੁੱਛੇ ਕੰਧ ਵਾਲੇ ਸੁਰੰਗ ਸਵਾਰੇ ਤੇ ਸੋਹਣੇ ਰੰਗਾਂ ਦੇ ਨਾਲ ਉਸ਼ਿੰਗਾਰੇ ਹੋ। ਅੱਗੇ ਕਹਿੰਦੇ ਨੇ ਕੋਟ ਤੁਰੰਗ, ਕੋਟ ਦਾ ਮੀਨਿੰਗ ਕਰੋੜ ਤੇ ਤੁਰੰਗ ਦਾ ਮੀਨਿੰਗ ਘੋੜੇ। ਮਹਾਰਾਜ ਕਹਿੰਦੇ ਨੇ ਵੀ ਕਿਸੇ ਰਾਜੇ ਦੇ ਕੋਲ ਕਰੋੜਾਂ ਜਿਹੜੇ ਨੇ ਉਹ ਘੋੜੇ ਹੋਣ। ਕੁਰੰਗ ਸੇ ਕੁਦਰਤ, ਕੁਰੰਗ ਕਹਿੰਦੇ ਨੇ ਹਿਰਨ ਨੂੰ। ਆਪਾਂ ਵੇਖਦੇ ਹਾਂ ਵੀ ਜਿਹੜੀ ਜਾਨਵਰਾਂ ਦੇ ਵਿੱਚ ਦੌੜ ਹੈ ਉਹ ਹਿਰਨ ਦੀ ਮੰਨੀ ਗਈ ਵੀ ਬਹੁਤ ਤੇਜ਼ ਦੌੜਦਾ ਹੈ ਅਤੇ ਉਹਦੀ ਛਾਲ ਬੜੀ ਜ਼ਬਰਦਸਤ ਹੁੰਦੀ ਹੈ। ਜਿੰਨੀ ਤੇਜ਼ ਛਾਲ ਇੱਕ ਹਿਰਨ ਮਾਰ ਸਕਦਾ ਹੈ ਬਾਕੀ ਜਿਹੜੇ ਜਾਨਵਰ ਨੇ ਉਹਨਾਂ ਦੇ ਲਈ ਮਾਰਨੀ ਅਸੰਭਵ ਹੈ। ਇਸੇ ਕਰਕੇ ਕੋਈ ਬਹੁਤ ਸੋਹਣੀ ਛਲਾਂਗ ਮਾਰੇ ਆਪਾਂ ਕਹਿੰਦੇ ਹਿਰਨ ਵਰਗੀ ਉਹਨੇ ਛਲਾਂਗ ਲਗਾਈ ਹੈ, ਉਹਦੀ ਛਲਾਂਗ ਬੜੀ ਮੰਨੀ ਪ੍ਰਮੰਨੀ ਗਈ ਹੈ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੀ ਘੋੜੇ ਹੋਣ ਕੁਰੰਗ ਸੇ ਕੁਦਰਤ, ਜਿਸ ਤਰ੍ਹਾਂ ਹਿਰਨ ਕੁੱਦਦੇ ਨੇ ਛਾਲਾਂ ਮਾਰਦੇ ਨੇ ਉਸ ਤਰ੍ਹਾਂ ਕੁੱਦਣ। ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਤੇ ਸਾਹਿਬ ਕਹਿੰਦੇ ਹਵਾ ਦੀ ਰਫ਼ਤਾਰ ਨੂੰ ਵੀ ਪਿੱਛੇ ਛੱਡਦੇ ਨੇ। ਹਵਾ ਨੂੰ ਆਪਾਂ ਤੇਜ਼ ਮੰਨਦੇ ਹਾਂ, ਆਪਾਂ ਕਹਿੰਦੇ ਬੰਦਾ ਹਵਾ ਦੇ ਵਾਂਗ ਲੰਘ ਗਿਆ। ਸਾਹਿਬ ਕਹਿੰਦੇ ਇੰਨੀ ਤੇਜ਼ ਦੌੜਨ ਵੀ ਹਵਾ ਨੂੰ ਵੀ ਪਿੱਛੇ ਛੱਡਦੇ ਨੇ। ਅਤੇ ਅੱਗੇ ਕਹਿੰਦੇ ਨੇ ਭਾਰੀ ਪੁਜਾਨ ਕੇ ਭੂਪ ਪਲੀਬਤ ਇਨ ਨਿਆਮਤ ਸੀਸ ਨਾ ਜਾਤ ਵਿਚਾਰੇ। ਸਾਹਿਬ ਕਹਿੰਦੇ ਵੀ ਇੱਦਾਂ ਦੇ ਰਾਜਿਆਂ ਦੇ ਅੱਗੇ ਬਾਹੂਬਲੀ ਜਿਹੜੇ ਯੋਧੇ ਨੇ ਜਿਨ੍ਹਾਂ ਦੀਆਂ ਬਾਹਾਂ ਦੇ ਵਿੱਚ ਬਹੁਤ ਤਾਕਤ ਹੈ, ਪਤਾ ਨਹੀਂ ਕਿੰਨੇ ਕੁ ਰਾਜੇ ਆ ਕਰਕੇ ਉਹਨਾਂ ਨੂੰ ਸੀਸ ਚੁਕਾਉਣ। ਇੱਕ ਹੁੰਦਾ ਰਾਜਾ, ਇੱਕ ਹੁੰਦਾ ਮਹਾਰਾਜਾ। ਰਾਜੇ ਅਤੇ ਮਹਾਰਾਜੇ ਦੇ ਵਿੱਚ ਕੀ ਫਰਕ ਹੈ? ਰਾਜਾ ਹੁੰਦਾ ਹੈ ਜਿਹਦੇ ਕੋਲ ਇੱਕ ਇਲਾਕਾ ਹੈ, ਇੱਕ ਸਟੇਟ ਹੈ, ਅਤੇ ਮਹਾਰਾਜਾ ਉਹਨੂੰ ਬੋਲਦੇ ਨੇ ਜਿਹਦੇ ਥੱਲੇ 100 ਰਾਜੇ ਨੇ। ਜਿਹਦੇ ਥੱਲੇ 100 ਰਾਜੇ ਨੇ, ਛੋਟੇ ਛੋਟੇ ਰਾਜੇ ਨੇ, ਉਹਨੂੰ ਬੋਲਦੇ ਨੇ ਮਹਾਰਾਜਾ। ਰਾਜਾ ਹੈ ਜਿਹਦੇ ਕੋਲ ਇੱਕ ਨਿੱਕੀ ਸਟੇਟ ਹੈ, ਨਿੱਕਾ ਪ੍ਰਾਂਤ ਹੈ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੀ ਕਿਸੇ ਦੇ ਕੋਲ ਹਾਥੀ ਘੋੜੇ ਹੋਣ, ਇੰਨੇ ਗੁਣਾਂ ਦੇ ਨਾਲ ਭਰਪੂਰ ਹੋਣ, ਇੱਥੇ ਹੀ ਬਸ ਨਹੀਂ, ਉਹਦੇ ਅੱਗੇ ਰਾਜੇ ਆ ਕਰਕੇ ਸੀਸ ਨਿਵਾਣ, ਪਤਾ ਨਹੀਂ ਕਿੰਨੇ ਕੁ ਰਾਜੇ ਆ ਕੇ ਸੀਸ ਨਿਵਾਣ। ਅਤੇ ਸਤਿਗੁਰੂ ਕਹਿੰਦੇ ਨੇ ਇਹਦੇ ਭਏ ਤੋਂ ਕਹਾਂ ਭਏ ਉਪਤ, ਅੰਤ ਕੋ ਲਾਂਗੇ ਹੀ ਪਾਏ ਪਦਾਰੇ। ਸਤਿਗੁਰੂ ਕਹਿੰਦੇ ਕੀ ਹੋਇਆ ਵੀ ਕਿਸੇ ਦੇ ਕੋਲ ਇੰਨੇ ਹਾਥੀ ਘੋੜੇ ਨੇ, ਇੰਨੇ ਰਾਜੇ ਆ ਕਰਕੇ ਮੱਥੇ ਟੇਕਦੇ ਪਏ ਨੇ, ਪਰ ਜੇ ਉਹਨਾਂ ਦੇ ਕੋਲ ਰੱਬ ਦਾ ਨਾਮ ਨਹੀਂ, ਅੰਤਲੇ ਸਮੇਂ ਨੰਗੇ ਪੈਰ ਹੀ ਦੁਨੀਆਂ ਤੋਂ ਜਾਣਗੇ। ਇਹਨਾਂ ਕੁਝ ਹੋਣ ਦੇ ਬਾਵਜੂਦ ਨੰਗੇ ਪੈਰੀ ਉਹ ਦੁਨੀਆਂ ਤੋਂ ਜਾਣਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰਾਵਣ ਦੀ ਉਦਾਹਰਣ ਦਿੱਤੀ ਹੈ। ਮਹਾਰਾਜ ਕਹਿੰਦੇ ਨੇ ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਤੇ ਰਾਵਣ ਕਰ ਖਬਰ ਨਾ ਪਾਈ। ਮੰਨਿਆ ਜਾਂਦਾ ਹੈ ਵੀ ਜਿਹੜਾ ਰਾਵਣ ਹੈ ਉਹਨੇ ਲੰਕਾ ਦੇ ਵਿੱਚ ਸੋਨੇ ਦਾ ਕਿਲ੍ਹਾ ਬਣਾਇਆ ਸੀ ਅਤੇ ਉਹ ਕਿਲ੍ਹਾ ਬਣਾ ਕੇ ਆਸੇ ਪਾਸੇ ਉਹਨੇ ਖਾਈ ਬਣਾਈ ਸੀ। ਪੁਰਾਣੇ ਸਮਿਆਂ ਦੇ ਅੰਦਰ ਜਿਹੜੇ ਕਿਲ੍ਹੇ ਹੁੰਦੇ ਸਨ, ਰਾਜੇ ਮਹਾਰਾਜੇ ਉਹਨਾਂ ਦੇ ਆਲੇ ਦੁਆਲੇ ਇੱਕ ਖਾਈ ਬਣਾ ਦਿੰਦੇ ਸਨ। ਖਾਈ ਤੋਂ ਭਾਵ ਧਰਤੀ ਨੂੰ ਪੁੱਟ ਕੇ ਡੂੰਘੀ ਥਾਂ ਚਾਰੇ ਪਾਸੇ ਬਣਾ ਦਿੰਦੇ ਸਨ ਅਤੇ ਉਹਦੇ ਵਿੱਚ ਪਾਣੀ ਭਰ ਦਿੰਦੇ ਸਨ, ਭਾਵ ਜਦੋਂ ਕੋਈ ਸਾਡੇ 'ਤੇ ਹਮਲਾ ਕਰੇ ਅਤੇ ਉਹ ਸਾਡੇ ਕਿਲ੍ਹੇ ਤੱਕ ਪਹੁੰਚ ਨਾ ਸਕੇ। ਇਸ ਕਰਕੇ ਖਾਈ ਬਣਾਈ ਜਾਂਦੀ ਸੀ। ਰਾਵਣ ਨੇ ਕੀ ਕੀਤਾ? ਸੋਨੇ ਦਾ ਕਿਲ੍ਹਾ ਬਣਾ ਕੇ ਅਤੇ ਉਹਨੇ ਵੀ ਇਹ ਕੰਮ ਕੀਤਾ ਸੀ। ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਸਮੁੰਦਰ ਵਰਗੀ ਡੂੰਘੀ ਖਾਈ ਬਣਾਈ ਸੀ ਵੀ ਕੋਈ ਮੇਰੇ 'ਤੇ ਹਮਲਾ ਨਾ ਕਰ ਸਕੇ ਅਤੇ ਇਹ ਰਾਵਣ ਕਰ ਖਬਰ ਨਾ ਪਾਈ। ਪਰ ਜਦੋਂ ਹਮਲਾ ਹੋਇਆ ਹੈ ਕੋਈ ਖਬਰ ਨਹੀਂ ਮਿਲੀ। ਕਿਆ ਮੰਗੋ ਕਿਛ ਚਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ ਰਹਾਓ। ਮਹਾਰਾਜ ਕਹਿੰਦੇ ਕੀ ਮੰਗਾ? ਸਭ ਕੁਝ ਨਾਸ਼ ਮਾਨੇ। ਅੱਗੇ ਕਹਿੰਦੇ ਨੇ 1 ਲੱਖ ਪੂਤ 1.25 ਲੱਖ ਨਾਤੀ। ਮੰਨਿਆ ਗਿਆ ਰਾਵਣ ਦੇ 1 ਲੱਖ ਪੁੱਤਰ ਸਨ ਅਤੇ 1.25 ਲੱਖ ਉਹਦੇ ਪੋਤਰੇ ਸਨ। ਤੇ ਰਾਵਣ ਪਰ ਦੀਆ ਨਾ ਬਾਤੀ ਅਤੇ ਕਹਿਣ ਲੱਗੇ ਵੀ ਉਹਦੇ ਘਰ ਨਾ ਅਤੇ ਹੁਣ ਕੋਈ ਦੀਵਾ ਬੱਤੀ ਕਰਨ ਵਾਲਾ ਹੈ, ਭਾਵ ਕੁਝ ਵੀ ਨਹੀਂ। ਹੁਣ ਜਿਸ ਵਕਤ ਰਾਵਣ ਦੇ ਜਿਸ ਤਰ੍ਹਾਂ ਰਾਮ ਚੰਦਰ ਨੇ ਰਾਵਣ ਦੇ ਉੱਤੇ ਹਮਲਾ ਕੀਤਾ, ਹੁਣ ਜਿਸ ਵਕਤ ਰਾਵਣ ਮਰਦਾ ਪਿਆ ਸੀ, ਉਹ ਆਪਣੀਆਂ ਅੱਖਾਂ ਦੇ ਸਾਹਮਣੇ ਕੀ ਵੇਖਦਾ ਪਿਆ ਸੀ ਵੀ ਮੇਰੇ ਕਿਲ੍ਹੇ ਦੇ ਵਿੱਚ ਮੇਰੀ ਪਰਮਿਸ਼ਨ ਤੋਂ ਬਿਨਾਂ ਕੋਈ ਐਂਟਰ ਨਹੀਂ ਹੋ ਸਕਦਾ, ਕੋਈ ਵੀ ਬੰਦਾ ਮੇਰੀ ਪਰਮਿਸ਼ਨ ਤੋਂ ਬਿਨਾਂ ਐਂਟਰ ਨਹੀਂ ਹੋ ਸਕਦਾ। ਅੱਜ ਮੇਰੀ ਲੰਕਾ ਨੂੰ ਸਾੜਿਆ ਜਾ ਰਿਹਾ ਹੈ, ਅੱਜ ਮੇਰੇ ਕਿਲ੍ਹੇ ਨੂੰ ਤਬਾਹ ਕੀਤਾ ਜਾ ਰਿਹਾ, ਮੇਰੇ ਦਰਬਾਰ ਦੇ ਵਿੱਚ ਤਬਾਹੀ ਮਚਾਈ ਜਾ ਰਹੀ ਹੈ। ਬੜਾ ਸੋਹਣਾ ਬਾਗ ਸੀ, ਉਹਦੇ
ਤੇ ਬਾਗ ਦੇ ਵਿੱਚ ਫੁੱਲ ਬੂਟੇ ਸਨ ਕਿ ਵੇਖਦਾ ਪਿਆ ਵੀ ਜਿਹੜੇ ਬਾਂਦਰ ਨੇ ਹਨੂੰਮਾਨ ਦੀ ਜਿਹੜੀ ਫੌਜ ਹੈ ਉਹ ਤਬਾਹ ਕਰਦੀ ਪਈ ਹੈ ਉਸ ਬਾਗ ਨੂੰ, ਮਰਦਾ ਪਿਆ ਸੀ। ਜਦੋਂ ਉਹਨੇ ਵੇਖਿਆ ਵੀ ਕਿਸੇ ਟਾਈਮ ਦੇ ਉੱਤੇ ਮੇਰਾ ਦਰਬਾਰ ਹੁੰਦਾ ਸੀ, ਲੋਕ ਝੁੱਕ ਕੇ ਖੜ੍ਹਦੇ ਸਨ, ਲੋਕ ਸਿਰ ਨਵਾਉਂਦੇ ਸਨ, ਮੇਰੇ ਰਾਜ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਸੀ, ਮੇਰੇ ਦਰਬਾਰ ਦੇ ਵਿੱਚ ਮੇਰੀ ਪਰਮਿਸ਼ਨ ਤੋਂ ਬਿਨਾਂ ਕੋਈ ਆ ਨਹੀਂ ਸਕਦਾ ਸੀ, ਮੇਰੇ ਬਾਗ ਦੇ ਵਿੱਚ ਜਾ ਨਹੀਂ ਸਕਦਾ ਸੀ, ਪਰ ਅੱਜ ਹਾਸਲ ਇਹ ਹੋਇਆ ਕਿ ਅੱਜ ਮੈਂ ਮਰਦਾ ਪਿਆ ਹਾਂ, ਮੇਰੀ ਲੰਕਾ ਨੂੰ ਅੱਗ ਲੱਗੀ, ਮੇਰਾ ਮਹਿਲ ਉੱਡ ਗਿਆ, ਮੇਰੇ ਬਾਗ ਉੱਡ ਗਏ। ਅਤੇ ਉਹ ਮਰਦਾ ਮਰਦਾ ਇੱਕ ਗੱਲ ਕਹਿ ਕੇ ਗਿਆ, ਕਹਿਣ ਲੱਗਾ ਜ਼ਿੰਦਗੀ ਦੇ ਵਿੱਚ ਸਾਰੇ ਦਿਨ ਇੱਕੋ ਵਰਗੇ ਨਹੀਂ ਹੁੰਦੇ, ਕੱਲ ਸਮਾਂ ਹੋਰ ਸੀ, ਕੱਲ ਮੇਰੀ ਜੈ ਜੈਕਾਰ ਸੀ, ਅੱਜ ਸਮਾਂ ਚੇਂਜ ਹੋਇਆ, ਕੱਲ ਮੈਂ ਲੱਖਾਂ ਦਾ ਸੀ, ਸਮਾਂ ਚੇਂਜ ਹੋਇਆ, ਅੱਜ ਮੈਂ ਅੱਖਾਂ ਦਾ ਹੋ ਗਿਆ, ਕੱਲ ਮੈਂ ਬਾਦਸ਼ਾਹ ਸੀ ਅਤੇ ਅੱਜ ਮੈਂ ਤਰਸਦਾ ਪਿਆ ਨਾ ਇੱਥੇ ਜੀਵਨ ਨੂੰ, ਕੱਲ ਮੇਰੀ ਜ਼ੁਬਾਨ ਦੇ ਨਾਲ ਕਿਸੇ ਨੂੰ ਜ਼ਿੰਦਗੀ ਮਿਲਦੀ ਸੀ, ਕਿਸੇ ਨੂੰ ਮੌਤ ਮਿਲਦੀ ਸੀ, ਅੱਜ ਮੈਂ ਮਰਦਾ ਪਿਆ ਹਾਂ। ਉਹ ਕਹਿਣ ਲੱਗਾ ਵੀ ਸਮਾਂ ਸਾਰੇ ਦਿਨ ਜੀਵਨ ਦੇ ਵਿੱਚ ਇੱਕੋ ਵਰਗੇ ਨਹੀਂ ਹੁੰਦੇ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਦਾਹਰਣ ਦਿੱਤੀ ਹੈ ਰਾਵਣ ਦੀ, ਸਾਹਿਬ ਕਹਿੰਦੇ ਨੇ ਵੀ ਇਹਦੇ ਵਰਗੇ ਰਾਜੇ ਰਾਵਣ ਵਰਗੇ ਨਹੀਂ ਰਹੇ, ਰਾਮ ਗਇਓ ਰਾਵਣ ਗਇਓ ਜਾਗੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਵਿਦਵਾਨ ਸੱਜਣ ਨੇ ਇੱਕ ਗੱਲ ਲਿਖੀ, ਉਹ ਕਹਿਣ ਲੱਗਾ ਮਾਇਆ ਤੇਰੇ ਤਿੰਨ ਨਾਮ ਪਰਸੂ ਪਰਸਾ ਪਰਸ ਰਾਮ। ਮਾਇਆ ਦੇ ਪੈਸੇ ਦੇ ਤਿੰਨ ਨਾਮ ਨੇ, ਕਿਸੇ ਬੰਦੇ ਦਾ ਨਾਮ ਹੋਵੇ ਪਰਸ ਰਾਮ, ਪਰ ਉਹਦੇ ਕੋਲ ਪੈਸਾ ਨਹੀਂ, ਗਰੀਬ ਹੈ ਤੇ ਲੋਕ ਉਹਨੂੰ ਬੁਲਾਉਣਗੇ ਪਰਸੂ ਇਧਰ ਆ ਪਰਸੂ ਬਹਿ ਜਾ, ਉਹਦੇ ਨਾਮ ਦੇ ਨਾਲ ਪਿੱਛੇ ਜੀ ਨਹੀਂ ਲਗਾਇਆ ਜਾ ਰਿਹਾ, ਉਹਨੂੰ ਕੋਈ ਅਦਬ ਨਹੀਂ ਦਿੱਤਾ ਜਾ ਰਿਹਾ, ਰਿਸਪੈਕਟ ਨਹੀਂ ਦਿੱਤੀ ਜਾ ਰਹੀ, ਕਿਉਂਕਿ ਉਹ ਕੰਗਾਲ ਹੈ, ਪੈਸਾ ਨਹੀਂ ਹੈਗਾ। ਨੰਬਰ ਦੋ ਤੇ ਜਦੋਂ ਉਹਦੇ ਕੋਲ ਕੁਝ ਪੈਸਾ ਆ ਗਿਆ ਤੇ ਉਹਨੂੰ ਕੁਝ ਇੱਜ਼ਤ ਮਿਲਣੀ ਸ਼ੁਰੂ ਹੋ ਗਈ, ਉਹਨੂੰ ਕਹਿ ਦਿੱਤਾ ਜਾਂਦਾ ਹੈ ਹੁਣ ਪਰਸਾ, ਪਰਸੂ ਤੂੰ ਬਣ ਗਿਆ ਪਰਸਾ, ਕੁਝ ਪੈਸਾ ਹੈ ਤੇ ਲੋਕ ਉਹਨੂੰ ਬੁਲਾਉਂਦੇ ਨੇ, ਲੋਕੀ ਕਹਿੰਦੇ ਨੇ ਪਰਸਾ, ਪਰ ਜਦੋਂ ਉਹ ਬੰਦਾ ਬਹੁਤ ਅਮੀਰ ਹੋ ਗਿਆ ਤੇ ਹੁਣ ਲੋਕ ਉਹਨੂੰ ਕਹਿੰਦੇ ਨੇ ਪਰਸ ਰਾਮ ਜੀ ਆਓ, ਪਰਸ ਰਾਮ ਜੀ ਬੈਠੋ, ਪਰਸ ਰਾਮ ਜੀ ਆ ਪਾਣੀ ਲਓ। ਤੇ ਵਿਦਵਾਨ ਕਹਿੰਦੇ ਨੇ ਇਹ ਮਾਇਆ ਦੇ ਤਿੰਨ ਨਾਮ ਨੇ, ਜੇ ਤੁਹਾਡੇ ਕੋਲ ਹੈ ਲੋਕੀ ਇੱਜ਼ਤ ਦੇਣਗੇ, ਜੇ ਨਹੀਂ ਤੇ ਨਹੀਂ। ਕਬੀਰ ਸਾਹਿਬ ਨੇ ਕਿਹਾ ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਤਰੇ, ਵੀ ਨਿਰਧਨ ਬੰਦੇ ਨੂੰ ਗਰੀਬ ਨੂੰ ਆਦਰ ਨਹੀਂ ਮਿਲਦਾ ਭਾਵੇਂ ਲੱਖਾਂ ਯਤਨ ਕਰੇ, ਜੋ ਨਿਰਧਨ ਸੱਜਣ ਕਹਿ ਜਾਏ ਆ ਕੇ ਬੈਠਾ ਪੀਠ ਫਿਰਾਏ। ਗਰੀਬ ਬੰਦਾ ਅਮੀਰ ਦੇ ਘਰ ਚਲਾ ਗਿਆ ਪਿੱਠ ਕਰ ਲਏਗਾ, ਕਿਸੇ ਨੂੰ ਮਿਲਣ ਦੇ ਵੀ ਤਰੀਕੇ ਮੰਨੇ ਗਏ ਨੇ, ਅਸੀਂ ਬੈਠੇ ਹਾਂ, ਕੋਈ ਬੰਦਾ ਸਾਨੂੰ ਮਿਲਣ ਵਾਸਤੇ ਆਇਆ, ਜੇ ਤੇ ਆਮ ਬੰਦਾ ਹੈ, ਆਮ ਬੰਦਾ ਹੈ, ਅਸੀਂ ਦੇਖ ਕੇ ਤੇ ਪਰੇ ਕਰ ਲੈਂਦੇ ਹਾਂ। ਨੰਬਰ ਦੋ ਤੇ ਅਸੀਂ ਬੈਠੇ ਹਾਂ, ਥੋੜ੍ਹਾ ਜਿਹਾ ਨੌਨ ਹੈ, ਅਸੀਂ ਬੁਲਾ ਦਿੱਤੀ ਸਤਿ ਸ਼੍ਰੀ ਅਕਾਲ। ਨੰਬਰ ਤਿੰਨ ਤੇ ਜਿਹੜਾ ਬਹੁਤ ਰਿਸਪੈਕਟਫੁੱਲ ਹੈ, ਜਦੋਂ ਉਹ ਆਉਂਦਾ ਆਪਾਂ ਖੜ੍ਹੇ ਹੋ ਕੇ ਉਹਨੂੰ ਮਿਲਦੇ ਹਾਂ। ਹੁਣ ਇੱਕ ਆਮ ਬੰਦਾ ਆਇਆ, ਅਸੀਂ ਜਸਟ ਵੇਖਿਆ, ਇੱਕ ਥੋੜ੍ਹਾ ਜਿਹਾ ਨੌਨ ਸੀ ਉਹਨੂੰ ਬੁਲਾ ਦਿੱਤਾ, ਪਰ ਜਦੋਂ ਇੱਕ ਰਿਸਪੈਕਟਫੁੱਲ ਬੰਦਾ ਆਇਆ ਅਸੀਂ ਖੜ੍ਹੇ ਹੋ ਕੇ ਉਹਨੂੰ ਮਿਲੇ। ਕਬੀਰ ਸਾਹਿਬ ਕਹਿੰਦੇ ਨੇ ਗਰੀਬ ਅਮੀਰ ਦੇ ਘਰ ਚਲਾ ਜਾਏ, ਆ ਕੇ ਬੈਠਾ ਪੀਠ ਫਿਰਾਏ ਪਿੱਠ ਕਰ ਲੈਂਦਾ ਹੈ, ਪਰ ਅੱਗੇ ਕਹਿੰਦੇ ਨੇ ਜੋ ਸਰਤ ਹਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ, ਅਮੀਰ ਗਰੀਬ ਦੇ ਘਰ ਚਲਾ ਜਾਏ ਅਤੇ ਕਹਿਣ ਲੱਗੇ ਵੀ ਉਹਨੂੰ ਆਦਰ ਮਿਲੇਗਾ। ਸੋ ਇਹ ਆਦਰ ਹੈ ਸੰਬੰਧਿਤ ਪੈਸੇ ਦੇ ਨਾਲ, ਪਰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੀ ਇੰਨਾ ਕੁਝ ਬੰਦੇ ਕੋਲ ਹੋਏ ਜੇ ਰੱਬ ਦਾ ਨਾਮ ਨਹੀਂ ਦੁਨੀਆਂ ਤੋਂ ਨੰਗੇ ਪੈਰੀ ਜਾਏਗਾ, ਅੰਤ ਕੋ ਨਾਂਗੇ ਹੀ ਪਾਏ ਪਧਾਰੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਬਚਨ ਹੈ, ਹੁਣੇ ਆਪਾਂ ਨੇ ਰਾਵਣ ਦਾ ਦ੍ਰਿਸ਼ਟਾਂਤ ਜਿਹੜਾ ਸਾਂਝਾ ਕੀਤਾ, ਅੱਤ ਸੁੰਦਰ ਕੁਲੀਨ ਚਤੁਰੋ ਮੁਖ ਗਿਆਨੀ ਧਨਵੰਤ, ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪੰਜ ਚੀਜ਼ਾਂ ਨੇ ਜੋ ਕਿਸੇ ਵਿਰਲੇ ਇਨਸਾਨ ਨੂੰ ਪ੍ਰਾਪਤ ਹੁੰਦੀਆਂ ਨੇ। ਪਹਿਲੇ ਨੰਬਰ 'ਤੇ ਹੈ ਅੱਤ ਸੁੰਦਰ, ਸੋਹਣਾ ਰੂਪ। ਦੁਨੀਆਂ ਦੇ ਵਿੱਚ ਕਿੰਨੇ ਸਰੀਰ ਨੇ ਪਰ ਸਾਰਿਆਂ ਦੇ ਕੋਲ ਰੂਪ ਨਹੀਂ ਹੈਗਾ। ਮਹਾਰਾਜ ਕਹਿੰਦੇ ਕਿਸੇ ਦੇ ਕੋਲ ਇਹ ਰੂਪ ਹੋਵੇ। ਨੰਬਰ ਦੋ 'ਤੇ ਹੈ ਅੱਤ ਸੁੰਦਰ ਕੁਲੀਨ, ਉੱਚੀ ਕੁੱਲ ਵਾਲਾ ਹੋਵੇ, ਜਿਹੜਾ ਖਾਨਦਾਨ ਹੁੰਦਾ ਮਹਾਨ ਹੈ।
ਹੁਨੀਤ ਛਤਰ ਛਤਰ ਹੋਏ ਬੋਲ ਚਾਲ ਦੇ ਵਿੱਚ ਬੜਾ ਐਕਟਿਵ ਹੋਵੇ, ਹਾਜ਼ਰ ਸਵਾਲ ਹੋਵੇ, ਇਹ ਵੀ ਗੁਣ ਕਿਸੇ ਕਿਸੇ ਦੇ ਕੋਲ ਹੁੰਦਾ ਹੈ। ਮੁੱਖ ਗਿਆਨੀ ਗਿਆਨਵਾਨ ਹੋਵੇ ਅਤੇ ਪੰਜਵਾਂ ਹੈ ਧਨਵੰਤ ਧਨਵਾਨ ਹੋਵੇ। ਇਹ ਜਿਹੜੇ ਪੰਜ ਗੁਣ ਨੇ, ਕਈ ਧਨਵਾਨ ਹੋਣਗੇ ਪਰ ਰੂਪ ਨਹੀਂ ਹੋਏਗਾ, ਕਈਆਂ ਦੇ ਕੋਲ ਰੂਪ ਹੋਏਗਾ ਪਰ ਉਹ ਗਿਆਨਵਾਨ ਨਹੀਂ ਹੋਣਗੇ, ਕਈ ਗਿਆਨਵਾਨ ਹੋਣਗੇ ਉਹ ਧਨਵਾਨ ਨਹੀਂ ਹੋਣਗੇ। ਇਹ ਜਿਹੜੀਆਂ ਪੰਜ ਚੀਜ਼ਾਂ ਕਿਸੇ ਕਿਸੇ ਕੋਲ ਹੁੰਦੀਆਂ ਨੇ, ਬਹੁਤ ਦੁਨੀਆਂ ਦੇ ਵਿੱਚ ਘੱਟ ਲੋਕ ਨੇ ਜਿਹੜੇ ਰੂਪ ਕਰਕੇ ਸੋਨੇ ਖਾਨਦਾਨ ਵੀ ਚੰਗਾ ਹੈ, ਗਿਆਨਵਾਨ ਨੇ ਧਨਵਾਨ ਨੇ ਚਤੁਰ ਨੇ। ਕਹਿੰਦੇ ਨੇ ਰਾਵਣ ਦੇ ਕੋਲ ਇਹ ਪੰਜੇ ਚੀਜ਼ਾਂ ਸਨ। ਅੱਧ ਸੁੰਦਰ ਮੰਨਿਆ ਗਿਆ ਰਾਵਣ ਸੋਹਣਾ ਵੀ ਸੀ, ਅੱਧ ਸੁੰਦਰ ਕੁਲੀਨ ਉੱਚੀ ਕੁਲ ਦਾ ਉਹ ਬ੍ਰਾਹਮਣ ਸੀ, ਚਤੁਰ ਤੇ ਚਤੁਰ ਵੀ ਬਹੁਤ ਸੀ, ਦਿਮਾਗ ਵਾਲਾ ਬੜਾ ਸੀ, ਸਿਆਣਾ ਵੀ ਬਹੁਤ ਸੀ, ਮੁੱਖ ਗਿਆਨੀ ਗਿਆਨਵਾਨ ਬੜਾ ਸੀ। ਮੰਨਿਆ ਗਿਆ ਵੀ ਉਹਨੂੰ ਚਾਰੇ ਵੇਦ ਜ਼ੁਬਾਨੀ ਕੰਠ ਸਨ। ਰਾਵਣ ਦੇ ਜੀਵਨ ਦੇ ਵਿੱਚ ਇਹ ਪੰਜੇ ਗੱਲਾਂ ਸਨ ਅਤੇ ਪੰਜਵੀਂ ਗੱਲ ਸੀ ਧਨਵੰਤ, ਸੋਨੇ ਦੀ ਲੰਕਾ ਦਾ ਮਾਲਕ ਸੀ। ਹੁਣ ਪੰਜੇ ਗੱਲਾਂ ਦੇ ਜੀਵਨ ਦੇ ਵਿੱਚ ਸਨ, ਪਰ ਹੋਇਆ ਕੀ ਹੈ ਵੀ ਜਦੋਂ ਇੱਕ ਗਲਤੀ ਹੋ ਗਈ, ਗਲਤੀ ਦੇ ਕਰਕੇ ਸਾਰੀ ਕੀਤੀ ਕਤਾਈ ਦੇ ਪਾਣੀ ਪੈ ਗਿਆ। ਅਤੇ ਕਬੀਰ ਸਾਹਿਬ ਕਹਿੰਦੇ ਨੇ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਪਾਤੀ। ਭਾਵ ਇੰਨਾ ਕੁਝ ਸੀ, ਲੰਕਾ ਸੀ, ਪਰ ਕਹਿਣ ਲੱਗੇ ਵੀ ਹੁਣ ਕੁਝ ਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦ੍ਰਿਸ਼ਟਾਂਤ ਦਿੱਤੇ ਨੇ, ਜਿਹੜੇ ਪਿੱਛੇ ਗੁਜ਼ਰ ਚੁੱਕੇ ਨੇ ਉਹਨਾਂ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਵੀ ਜੇ ਉਹ ਵੀ ਨਹੀਂ ਰਹੇ ਤੇ ਤੂੰ ਵੀ ਨਹੀਂ ਰਹਿਣਾ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਇਹਤੇ ਭਏ ਤੂੰ ਕਹਾਂ ਭਏ ਰੂਪਤ ਅੰਤ ਕੋ ਨਾਗੇ ਹੀ ਪਾਏ ਪਦਾਰੇ। ਭਾਵ ਇੰਨੇ ਰਾਜੇ ਹੋਏ ਨੇ, ਕੀ ਹੋਇਆ, ਪਰ ਜੇ ਰੱਬ ਦਾ ਨਾਮ ਨਹੀਂ ਤੇ ਨੰਗੇ ਪੈਰੀ ਦੁਨੀਆਂ ਤੋਂ ਜਾਣਗੇ। ਹੁਣ ਨੰਗੇ ਪੈਰੀ ਸ਼ਬਦ ਵਰਤਿਆ ਜਾਂਦਾ ਹੈ, ਨੰਗੇ ਪੈਰੀ ਦਾ ਇੱਥੇ ਕੁਝ ਵੀ ਲੈ ਕੇ ਨਹੀਂ ਜਾਣਗੇ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੁਝ ਵੀ ਲੈ ਕੇ ਨਹੀਂ ਜਾਣਗੇ। ਆਪਾਂ ਨੇ ਗੱਲ ਸ਼ੁਰੂ ਕੀਤੀ ਸੀ ਜ਼ਿੰਦਗੀ ਦੀ ਲੋੜ ਤੋਂ, ਵੀ ਰੱਬ ਨੇ ਜੋ ਦਿੱਤਾ ਲੋੜ ਦੀ ਪੂਰਤੀ ਵਾਸਤੇ ਹੈ, ਪਰ ਜੇ ਬੰਦਾ ਸੋਚੇ ਵੀ ਨਾਲ ਲੈ ਕੇ ਜਾਣਾ ਕਦੇ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਜਦੋਂ ਲਾਹੌਰ ਗਏ ਤੇ ਦੁਨੀ ਚੰਦ ਜਿੰਦੀ ਮੌਂਟੀ ਦੇ ਉੱਤੇ, ਹਵੇਲੀ ਦੇ ਉੱਤੇ ਸੱਤ ਝੰਡੇ ਝੂਲਦੇ ਪਏ ਸਨ। ਪੁਰਾਣੇ ਸਮਿਆਂ ਦੇ ਵਿੱਚ ਅਮੀਰੀ ਦੱਸਣ ਦਾ ਇੱਕ ਤਰੀਕਾ ਹੁੰਦਾ ਸੀ ਵੀ ਘਰ ਦੇ ਉੱਤੇ ਝੰਡਾ ਲਾ ਦੇਣਾ, ਜਿਹਦੇ ਕੋਲ 1 ਲੱਖ ਰੁਪਈਆ ਇੱਕ ਝੰਡਾ, ਜਿਹਦੇ ਕੋਲ 2 ਲੱਖ ਰੁਪਈਆ ਦੋ ਝੰਡੇ ਲਾ ਦੇਣ, ਜਿਹਦੇ ਕੋਲ 3 ਲੱਖ ਰੁਪਈਆ ਤਿੰਨ ਝੰਡੇ ਲਾ ਦੇਣੇ। ਉਹਦੇ ਕੋਲ 7 ਲੱਖ ਰੁਪਈਆ ਸੀ ਅਤੇ ਉਹਨੇ 7 ਝੰਡੇ ਲਾਏ ਹੋਏ ਸਨ। ਔਰ ਇੱਥੋਂ ਪੰਜਾਬੀ ਦੇ ਵਿੱਚ ਇੱਕ ਜਿਹੜੀ ਇੱਕ ਬੋਲ ਪ੍ਰਚਲਿਤ ਹੁੰਦਾ ਹੈ ਵੀ ਤੇਰੇ ਬੜੇ ਝੰਡੇ ਝੂਲਦੇ ਪਏ ਨੇ। ਕੋਈ ਬੰਦਾ ਆਪਣੀ ਇੱਜ਼ਤ ਦੀ ਗੱਲ ਕਰੇ, ਸਨਮਾਨ ਦੀ ਗੱਲ ਕਰੇ ਅਤੇ ਆਪਾਂ ਕਈ ਵਾਰ ਉਹਨੂੰ ਪਹੁੰਚ ਕਰ ਜਾਂਦੇ, ਤੇਰੇ ਬੜੇ ਝੰਡੇ ਝੂਲਦੇ ਨੇ। ਝੰਡਾ ਝੁਲਾਉਣਾ ਪੁਰਾਣੇ ਸਮੇਂ ਦੇ ਵਿੱਚ ਅਮੀਰੀ ਦਾ ਪ੍ਰਤੀਕ ਹੁੰਦਾ ਸੀ। ਗੁਰੂ ਨਾਨਕ ਸਾਹਿਬ ਗਏ, 7 ਝੰਡੇ ਝੂਲਦੇ ਪਏ ਨੇ। ਮਹਾਰਾਜ ਸੱਚੇ ਪਾਤਸ਼ਾਹ ਦਰਵਾਜ਼ੇ 'ਤੇ ਜਾ ਕੇ ਬੈਠੇ ਅਤੇ ਉਹਨੂੰ ਬੁਲਾਇਆ। ਸਿੱਖ ਉਹਦੇ ਨੌਕਰ ਨੂੰ ਕਹਿਣਾ ਕੀਤਾ ਵੀ ਦੁਨੀ ਚੰਦ ਨੂੰ ਬੁਲਾ। ਉਹ ਆਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ ਵੀ ਉਹਨੂੰ ਸੂਈ ਦਿੱਤੀ। ਕਹਿਣ ਲੱਗੇ, ਤੇਰੇ ਤਾਂ ਹੀ ਛੋਟਾ ਕੰਮ ਹੈ ਵੀ ਸੂਈ ਪਕੜ ਲੈ, ਅਗਲੇ ਜਨਮ ਦੇ ਵਿੱਚ ਤੇਰੇ ਕੋਲੋਂ ਅਸੀਂ ਲੈ ਲਵਾਂਗੇ। ਉਹਨੇ ਉਹ ਸੂਈ ਪਕੜੀ, ਪਰ ਉਸ ਵਕਤ ਸੋਚਿਆ ਨਹੀਂ, ਵਿਚਾਰਿਆ ਨਹੀਂ, ਕਿਉਂਕਿ ਕਈ ਵਾਰੀ ਬਿਰਤੀ ਇੱਦਾਂ ਦੀ ਬਣ ਜਾਂਦੀ ਹੈ ਵੀ ਦੂਸਰੇ ਤੋਂ ਲੈਣਾ, ਜੋ ਕੁਝ ਮਰਜ਼ੀ ਦੇ, ਕਬਾੜ ਵੀ ਦੇਵੇ, ਮੁਫਤ ਦਾ ਕੁਝ ਵੀ ਮਿਲੇ, ਉਹਦੇ ਕੋਲ ਲੈ ਲੈਣਾ। ਇੱਕ ਬਿਰਤੀ ਲੈਣ ਵਾਲੀ ਬਿਰਤੀ ਬਣ ਜਾਂਦੀ, ਜਿੱਥੋਂ ਫਰੀ ਦਾ ਬੰਦਾ ਲੈ ਲਵੋ। ਉਹ ਲਾਲਚੀ ਸੀ, ਬਿਰਤੀ ਇੱਦਾਂ ਦੀ ਬਣੀ, ਸੂਈ ਮਿਲੀ, ਸੋਚਿਆ ਫਰੀ ਦੀ ਹੈ, ਲੈ ਲਈ, ਪਰ ਦਿਮਾਗ ਨੇ ਕੰਮ ਨਹੀਂ ਕੀਤਾ ਵੀ ਗੁਰੂ ਨਾਨਕ ਸਾਹਿਬ ਕਹਿ ਰਹੇ। ਅਗਲੇ ਜਨਮ ਦੇ ਵਿੱਚ ਗਿਆ ਘਰ ਵਾਲੀ ਨੂੰ, ਕਹਿੰਦਾ ਵੀ ਇੱਕ ਫਕੀਰ ਆਇਆ, ਉਹਨੇ ਮੈਨੂੰ ਸੂਈ ਦਿੱਤੀ ਹੈ ਅਤੇ ਕਹਿਣਾ ਕੀਤਾ ਵੀ ਅਗਲੇ ਜਨਮ ਦੇ ਵਿੱਚ ਲਵਾਂਗਾ। ਹੁਣ ਘਰ ਵਾਲੀ ਨੇ ਕਹਿਣ ਲੱਗੀ, ਉਹ ਸਿਆਣੀ ਸੀ, ਕਹਿੰਦੇ ਕਿ ਅਗਲੇ ਜਨਮ ਦੇ ਵਿੱਚ ਤੁਸੀਂ ਕਿਵੇਂ ਦੇ ਸਕਦੇ ਹੋ ਸੂਈ, ਮਰਨ ਤੋਂ ਬਾਅਦ ਸਭ ਕੁਝ ਇੱਥੇ ਰਹਿ ਜਾਣਾ, ਜਾਓ। ਉਹ ਫਕੀਰ ਦੀ ਸੂਈ ਵਾਪਸ ਕਰਕੇ ਆ, ਉਹ ਵਾਪਸ ਕਰਨ ਆਇਆ, ਕਹਿੰਦਾ ਪਾਤਸ਼ਾਹ ਇਹ ਸੂਈ ਤੇ ਮਰਨ ਤੋਂ ਬਾਅਦ ਜਾ ਨਹੀਂ ਸਕਦੀ, ਸੂਈ ਤੇ ਇੱਥੇ ਰਹਿ ਜਾਣੀ। ਤੇ ਸਾਹਿਬ ਕਹਿੰਦੇ, ਜਿਨ੍ਹਾਂ ਪਾਪਾਂ ਦੇ ਨਾਲ ਤੂੰ ਧਨ ਜੋੜਿਆ ਉਹ ਵੀ ਇੱਥੇ ਰਹਿ ਜਾਣਾ ਹੈ, ਉਹ ਵੀ ਤੇਰੇ ਨਾਲ ਨਹੀਂ ਜਾਏਗਾ। ਹੁਣ ਉਹਦੀ ਫਿਰ ਸੁਰਤ ਖੁੱਲੀ,
ਵੀ ਹਾਂ ਵਾਕਿਆ ਕਿੱਥੇ ਰਹਿ ਜਾਣਾ। ਇਹਤੇ ਭਏ ਤੋਂ ਕਹਾਂ ਭਏ ਉਪਤ ਅੰਤ ਕੋ ਨਾਂਗੇ ਹੀ ਪਾਈ ਪਦਾਰੇ। ਸਾਹਿਬ ਨੇ ਆਖਿਆ ਸੀ ਦੌਲਤ ਗੁਜ਼ਰਾਨ ਹੈ, ਜੋ ਕੁਝ ਹੈ ਗੁਜ਼ਾਰੇ ਵਾਸਤੇ ਹੈ। ਔਰ ਬਾਣੀ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਆਪਾਂ ਮਹਿਮਾਨ ਹਾਂ, ਆਪਾਂ ਜਦੋਂ ਕਿਸੇ ਦੇ ਘਰ ਜਾਈਏ ਰਹਿਣ ਵਾਸਤੇ ਸਾਨੂੰ ਕਮਰਾ ਵੀ ਮਿਲ ਜਾਂਦਾ ਹੈ, ਜਿਹੜਾ ਵਰਤਣ ਦਾ ਸਮਾਨ ਸਾਬਣ ਤੇਲ ਵੀ ਮਿਲ ਜਾਂਦਾ ਹੈ। ਔਰ ਜਦੋਂ ਮਿਲਦਾ ਹੈ ਉਹ ਵਰਤਣ ਵਾਸਤੇ ਹੁੰਦਾ ਹੈ, ਉਹਦੇ 'ਤੇ ਸਾਡਾ ਕੋਈ ਹੱਕ ਨਹੀਂ ਹੁੰਦਾ ਵੀ ਇੱਕ ਦਿਨ ਦੋ ਦਿਨ ਚਾਰ ਦਿਨ ਆਪਾਂ ਨੇ ਰਹਿਣਾ ਅਤੇ ਆਪਾਂ ਵਰਤਣਾ ਹੈ। ਦੁਨੀਆਂ ਮੁਸਾਫਰ ਖਾਨਾ ਸਾਹਿਬ ਕਹਿੰਦੇ ਵੀ ਰੱਬ ਨੇ ਕਈਆਂ ਨੂੰ ਤਾਂ ਬੜਾ ਸੋਹਣਾ ਇੱਥੇ ਸਮਾਨ ਦਿੱਤਾ ਹੈ, ਲਗਜ਼ਰੀ ਲਾਈਫ ਦਿੱਤੀ ਹੈ, ਕਈਆਂ ਨੂੰ ਮਿਡਲ ਕਲਾਸ, ਕਈਆਂ ਨੂੰ ਲੋਅ ਕਲਾਸ, ਪਰ ਸਾਰੀਆਂ ਨੂੰ ਵਰਤਣ ਵਾਸਤੇ ਦਿੱਤਾ ਹੈ। ਆਪਾਂ ਹੋਟਲ ਬੁੱਕ ਕਰਦੇ ਹਾਂ, 5-star ਹੋਟਲ ਬੁੱਕ ਕੀਤਾ, ਬੈੱਡ ਬੜਾ ਸੋਹਣਾ ਹੈ, ਪਰ ਉਹ ਵਰਤਣ ਵਾਸਤੇ ਹੈ। ਅਤੇ ਜਿੱਦਣ ਸਾਡੀ ਹੋਟਲ ਦੀ ਬੁਕਿੰਗ ਮੁੱਕਦੀ ਆਪਾਂ ਇਹ ਨਹੀਂ ਕਹਿੰਦੇ ਵੀ ਹੁਣ ਬੈੱਡ ਬੜਾ ਸੋਹਣਾ ਨਾਲ ਲੈ ਕੇ ਜਾਣਾ ਹੈ, ਉਹ ਬੈੱਡ ਵਰਤਣ ਵਾਸਤੇ ਸੀ, ਇੱਕ ਦਿਨ ਦੋ ਦਿਨ ਚਾਰ ਰਾਤਾਂ ਵਾਸਤੇ। ਕਈ 1-star ਹੋਟਲ ਬੁੱਕ ਕਰਨਗੇ ਅਤੇ ਉਹ ਵੀ ਜਿਹੜਾ ਬੈੱਡ ਹੋਏਗਾ ਬਿਸਤਰਾ ਹੋਏਗਾ ਵਰਤਣ ਵਾਸਤੇ ਹੋਏਗਾ। ਦੁਨੀਆਂ ਇੱਕ ਮਹਿਮਾਨ ਖਾਨਾ, ਇੱਥੇ ਕਈਆਂ ਨੂੰ ਬੜਾ ਸੋਹਣਾ ਸਮਾਨ ਰੱਬ ਨੇ ਵਰਤਣ ਵਾਸਤੇ ਦਿੱਤਾ, ਵੱਡਾ ਘਰ ਹੈ, ਕਈਆਂ ਕੋਲ ਛੋਟਾ ਘਰ ਹੈ, ਪਰ ਹੈ ਸਾਰਾ ਕੁਝ ਵਰਤਣ ਵਾਸਤੇ ਹੈ, ਗੁਜ਼ਾਰੇ ਵਾਸਤੇ ਹੈ। ਸੋ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਕਹਿਣਗੇ ਇਹਤੇ ਭਏ ਤੂੰ ਕਹਾਂ ਭਏ ਉਪਤ ਅੰਤ ਕੋ ਨਾਂਗੇ ਹੀ ਪਾਈ ਪਦਾਰੇ। ਭਾਵੇਂ ਬੜਾ ਕੁਝ ਹੈ, ਵੱਡੇ ਵੱਡੇ ਰਾਜੇ ਨੰਗੇ ਪੈਰੀ ਚਲੇ ਗਏ, ਤੂੰ ਵੀ ਨੰਗੇ ਪੈਰੀ ਜਾਣਾ ਹੈ। ਇਸ ਸਵਈਏ ਦਾ ਜਿਹੜਾ ਭਾਵ ਹੈ ਵੀ ਰੱਬ ਦਾ ਸ਼ੁਕਰਾਨਾ ਕਰਨਾ, ਜੋ ਪਰਮੇਸ਼ਰ ਨੇ ਦਿੱਤਾ ਹੈ ਰੱਬ ਨੂੰ ਸਿਮਰਨਾ, ਅਤੇ ਵੱਡੀ ਜਿਹੜੀ ਗੱਲ ਹੈ ਵੀ ਮੌਤ ਨੂੰ ਚੇਤੇ ਰੱਖਣਾ। ਕਿਉਂ ਸਾਹਿਬ ਕਹਿ ਰਹੇ ਨੇ ਕਿ ਉਹ ਵੀ ਚਲੇ ਗਏ ਨੇ, ਤੂੰ ਵੀ ਇੱਕ ਦਿਨ ਚਲੇ ਜਾਵੇਂਗਾ। ਸੋ ਆਪਾਂ ਅਖੀਰ ਵਾਲੀ ਪੰਕਤੀ ਪੜ੍ਹ ਕੇ ਗਾ ਕੇ ਅਤੇ ਸਮਾਪਤੀ ਕਰੀਏ। ਸਾਰਿਆਂ ਦੇ ਪਿੱਛੇ ਬੋਲਣ ਦਾ ਯਤਨ ਕਰਨਾ ਹੈ ਜੀ। ਇਹਤੇ ਪਏ ਤੋ ਕਹਾਂ ਪਏ ਭੂਪਤ, ਇਹਤੇ ਪਏ ਤੋ ਕਹਾਂ ਪਏ ਭੂਪਤ, ਇਹਤੇ ਇਹਤੇ ਪਏ ਤੋ ਕਹਾਂ ਪਏ ਭੂਪਤ, ਇਹਤੇ ਪਏ ਤੋ ਕਹਾਂ ਪਏ ਭੂਪਤ, ਇਹਤੇ ਅੰਤ ਕੋ ਨਾਂਗੇ ਹੀ ਪਾਈ ਪਧਾਰੇ, 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 ਸਤਿਗੁਰ ਬਖਸ਼ਿਸ਼ ਕਰਨ ਮਹਿਰਾਮਤ ਕਰਨ। ਇੱਥੇ ਹੀ ਸਮਾਪਤੀ ਹੈ। ਜਿੰਨੀ ਕੁ ਵਿਚਾਰ ਹੋਈ ਮੇਰੇ ਹਿਰਦੇ ਵਿੱਚ ਵਸੇ, ਆਪ ਤੁਹਾਡੇ ਸਾਰਿਆਂ ਦੇ ਹਿਰਦੇ 'ਤੇ ਵਸੇ, ਤਾਂ ਜੋ ਸਾਡਾ ਇੱਥੇ ਬੈਠ ਕੇ ਕਿਹਾ ਸੁਣਿਆ ਸਫਲ ਹੋ ਸਕੇ ਜੀ। ਉਹ ਲੰਚ ਕਰਨ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।